अज बना लगे हाँ आप गलगल का मिर्च का अचार बना सत श्री अकाल जी मेरा नाम रणजीत कौर है तो ये मेरी टीम है तो आप अज बना लगे हाँ आप गलगल का मिर्च का अचार तो ये अपन चाहिए गलगल वो तुम अपनी जरूरत अनुसार भी किलो लैनी चाहते हो या एक दो अचार बना चाहते जे तो नाल आप मिर्चा लिया ने पाइया तो एक गलगल लीती आ नमक पावे ये आप पावे देगी मिर्च तो नाल पावे थोड़ी जी आप हल्दी तेल तो तेल के नाल आप इस फ्राई करा तद तक आप गलगल कट लीए तो गलगल आप छोटे छोटे आकार च कटनिया वा कि कोई खाने के नाल जो लवे तो वेस्ट ना जाए क्योंकि ज़्यादा व्डे पीस जोड़े वो वेस्ट होंगे ने तो इस करके आप छोटे छोटे पीस ये कट लेने आप गलगल कट के आख चुप कट लिया वा तो आप मिर्चा भी कट लिया हूँ आप तड़का लावे तो यदा चार जरा तैयार करा आओ आप हम चुले को चलीए अपनी कढ़ाई रख ली गई आप तेल जरा वा थोड़ा जहा पा लिया वा तेल इन्ना ज्यादा भी नहीं पाना हाँ बिल्कुल हल्का जहा तेल पाना हाँ जी तो हल्की जी आप अग रखनी है अग भी आप इन्नी ज्यादा नहीं रखनी चीजा तो हम आप पावे गलगल गलगल फ्राई करा ये पावे आप देगी मिर्च फिर पावे आप नमक हाँ जी बस फिर ये पावे आप थोड़ी जी हल्दी वो भी तुसी चाहो तो पा सकते नहीं तो देगी मिर्च का ही कलर इन्ना सोहना आ जाता वा तो इस पावे आप हुण हरिया मिर्चा तो आप इस सिर्फ एक मिनट या डेढ़ मिनट जी आप फ्राई करना वा तो आप अग सारी जी थले सेकड़ा वो बिल्कुल घट कर देना वा तो साढ़े चार का कलर वेखो किन्ना सोहना बन के तैयार हो गया वा ਤੁਸੀਂ ਜਿੰਨਾ ਚਿਰ ਮਰਜ਼ੀ ਸਟੋਰ ਕਰ ਸਕਦੇ ਇਹਨੂੰ ਉੱਲੀ ਵੀ ਨਹੀਂ ਲੱਗੇਗੀ ਤੇ ਇੱਕ ਇਹਦੀ ਜਿਹੜੀ ਆ ਟੇਸਟ ਜਿਹੜਾ ਉਹ ਵੱਖਰਾ ਆਏਗਾ ਤੇ ਜਿਹੜੀ ਗਲਗਲ ਦੀ ਛਿੱਲੜ ਆ ਉਹ ਜਿਹੜੀ ਆ ਉਹ ਬਿਲਕੁਲ ਉਸੇ ਤਰ੍ਹਾਂ ਹੀ ਰਹੇਗੀ ਜਿਵੇਂ ਆਪਾਂ ਹੁਣ ਬਣਾਈ ਆ ਕਿਉਂਕਿ ਆਪਾਂ ਇੱਕ ਮਹੀਨਾ ਤੱਕ ਵੀ ਆਪਾਂ ਇਹਨੂੰ ਰੱਪ ਰੱਖ ਸਕਦੇ ਆ ਤੇ ਜੇ ਆਪਾਂ ਫਰਾਈ ਕਰਕੇ ਨਹੀਂ ਅਚਾਰ ਬਣਾਉਂਦੇ ਤਾਂ ਉਸ ਦਾ ਜਿਹੜਾ ਕਲਰ ਆ ਉਹ ਵੀ ਕੁਝ ਹਫ਼ਤੇ ਬਾਅਦ ਬਦਲ ਜਾਏਗਾ ਤੇ ਉਸ ਦੇ ਜਿਹੜਾ ਟੇਸਟ ਆ ਉਹ ਵੀ ਬਦਲ ਜਾਏਗਾ ਤੇ ਦਾ ਟੇਸਟ ਵੇਖਿਓ ਤੁਸੀਂ ਇੱਕ ਹਫ਼ਤਾ ਜਾਂ ਮਹੀਨਾ ਤੁਸੀਂ ਸਟੋਰ ਕਰਕੇ ਇਸ ਨੂੰ ਰੱਖ ਸਕਦੇ ਜੇ ਤੇ ਆਪਾਂ ਹੁਣ ਇਸ ਨੂੰ ਕੱਢ ਲਵਾਂਗੇ ਬਸ ਆਪਾਂ ਇਹਨੂੰ ਜ਼ਿਆਦਾ ਸੇਕ ਨਹੀਂ ਲਵਾ ਸਕਦੇ ਜੇ ਜ਼ਿਆਦਾ ਸੇਕ ਲਵਾਓਗੇ ਤੇ ਜਿਹੜੀ ਗਲਗਲ ਆ ਉਹ ਥੋੜੀ ਜਿਹੀ ਮੁੜ ਕੇ ਬੈਠ ਜਾਏਗੀ ਇਸ ਕਰਕੇ ਇਹਨੂੰ ਖੜੇ ਖੜੇ ਰੱਖ ਲਈਏ ਆਪਾਂ ਨੂੰ ਇਹਨੂੰ ਕੱਢਾਂਗੇ ਤੇ ਠੰਡੇ ਹੋਣ ਤੋਂ ਬਾਅਦ ਆਪਾਂ ਇਸ ਨੂੰ ਮੁੜ ਕੇ ਆਪਣਾ ਕਿਸੇ ਮਰਤਬਾਨ 'ਚ ਜਾਂ ਕਿਸੇ ਇਹੋ ਜਿਹੇ ਡੱਬੇ 'ਚ ਜਿਸ 'ਚ ਤੁਸੀਂ ਆਪਣਾ ਅਚਾਰ ਰੱਖਦੇ ਜੋ ਆਪਾਂ ਉਹਦੇ ਵਿੱਚ ਇਸ ਨੂੰ ਪਾਵਾਂਗੇ ਤੇ ਇਸ ਦਾ ਕਲਰ ਵੇਖੋ ਕਿੰਨਾ ਸੋਹਣਾ ਤੇ ਤੁਸੀਂ ਇਹਨੂੰ ਜਦ ਤੜਕਾ ਲਾ ਕੇ ਫਰਾਈ ਕਰਕੇ ਤੁਸੀਂ ਬਣਾਉਂਦੇ ਜੇ ਨਾ ਤੁਸੀਂ ਉਸੇ ਵਕਤ ਵੀ ਖਾ ਸਕਦੇ ਜੇ ਸਾਗ ਨਾਲ ਵੀ ਖਾਓ ਸਲਗਮਾਨਾ ਸਾਗ ਮੱਕੀ ਦੀ ਰੋਟੀ ਤੇ ਸਲਗਮਾਨਾ ਦਾਲ ਬਣੀ ਹੋਵੇ ਤਾਂ ਆਪਾਂ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਖਾ ਸਕਦੇ ਆ ਸਾਗ ਰੱਖਣਾ ਹਾਂਜੀ ਅਚਾਰ ਦਾ ਕਲਰ ਕਿੰਨਾ ਸੋਹਣਾ ਤੇ ਕਿੰਨਾ ਵਧੀਆ ਬਣਿਆ ਹੋਇਆ ਵਾ ਇਹਦੇ ਵਿੱਚ ਕੁਝ ਜ਼ਿਆਦਾ ਮਸਾਲੇ ਵੀ ਨਹੀਂ ਕਿ ਪੈਂਦੇ ਤੇ ਘਰ ਦੇ ਰਸੋਈ ਦੇ ਵਿੱਚੋਂ ਜੋ ਦੋ ਚਾਰ ਚੀਜ਼ਾਂ ਉਹਦੇ ਨਾਲ ਹੀ ਇਹ ਤਿਆਰ ਹੋ ਜਾਂਦਾ ਵਾ ਤੇ ਤੁਸੀਂ ਐਵੇਂ ਹੀ ਘਰ ਟਰਾਈ ਕਰਿਓ ਸਾਗ ਦੀ ਅਚਾਰ ਦੀ ਤੇ ਸਿਹਤ ਵਾਸਤੇ ਖੱਟਾ ਮਿੱਠਾ ਇਹ ਅਚਾਰ ਜਿਹੜਾ ਵਾ ਬਹੁਤ ਵਧੀਆ ਵਾ ਤੇ ਤੁਸੀਂ ਇਸ ਨੂੰ ਟੇਸਟ ਕਰਿਓ ਬਣਾ ਕੇ ਤੇ ਦੱਸਿਓ ਵੀ ਸਾਡੀ ਵੀਡੀਓ ਕਿਵੇਂ ਦੀ ਲੱਗੀ ਆ ਤੇ ਅਗਲੀ ਵੀਡੀਓ ਨਾਲ ਤੁਹਾਨੂੰ ਅਸੀਂ ਫਿਰ ਮਿਲਾਂਗੇ ਤਾਂ ਅਗਲੀ ਸਤਿ ਸ਼੍ਰੀ ਅਕਾਲ ਜੀ